ਸਤਿ ਸ਼੍ਰੀ ਅਕਾਲ ਦੋਸਤੋ, ਸੁਖਮਨੀ ਇਮੀਗ੍ਰੇਸ਼ਨ ਤੋਂ ਮੈਂ ਸਤਿੰਦਰ ਭਾਟੀਆ ਤੁਹਾਡਾ ਇਸ ਵੀਡੀਓ ਸਵਾਗਤ ਕਰਨਾ। ਸੋ ਅੱਜ ਇੱਕ ਬਹੁਤ ਸਪੈਸ਼ਲ ਦਿਨ ਨੇ ਮੇਰੇ ਆਫਿਸ ਦੇ ਵਿੱਚ। ਇੱਥੇ ਮੇਰੇ ਨਾਲ ਸਾਡੇ ਕੋਲ ਆਏ ਹੋਏ ਨੇ ਉਪਾਸਨਾ ਜੀ। ਸੋ ਉਪਾਸਨਾ ਜੀ ਦਾ ਵਰਕ ਪਰਮਿਟ ਅਪਰੂਵ ਹੋਇਆ ਔਰ ਇਹ ਇੱਥੇ ਕੈਨੇਡਾ ਲੈਂਡ ਕਰਕੇ ਸਾਨੂੰ ਮਿਲਣ ਆਏ ਨੇ। ਸੋ ਇਟਸ ਅ ਬਿਗ ਡੀਲ। ਸੋ ਪਹਿਲੇ ਸਭ ਤੋਂ ਪਹਿਲਾਂ ਤਾਂ ਥੈਂਕ ਯੂ ਇਹਨਾਂ ਦਾ, ਕਿਉਂਕਿ ਇਹ ਬਹੁਤ ਵੱਡੀ ਗੱਲ ਹੈ ਕਿ ਆਪਣੀ ਸਕਸੈਸ ਖੁਦ ਸ਼ੇਅਰ ਕਰ ਰਹੇ ਨੇ ਕੈਮਰੇ ਤੇ ਸਾਡੇ ਨਾਲ। ਇਹ ਕੋਈ ਛੋਟੀ ਚੀਜ਼ ਨਹੀਂ ਹੈ, ਕਿਉਂਕਿ ਹਰ ਕੋਈ ਆਪਣੀ ਸਕਸੈਸ ਸ਼ੇਅਰ ਨਹੀਂ ਕਰਦਾ। ਸੋ ਮੇਰੇ ਵਿਊਅਰਸ ਵਾਸਤੇ ਇਹ ਬਹੁਤ ਵੱਡੀ ਚੀਜ਼ ਹੈ ਕਿ ਉਹ ਸਾਰੇ ਆਪਣੀ ਸਕਸੈਸ, ਆਪਣੀ ਜਰਨੀ ਤੁਹਾਡੇ ਨਾਲ ਕਿਸ ਤਰ੍ਹਾਂ ਸ਼ੇਅਰ ਕਰ ਰਹੇ ਨੇ, ਕੀ ਉਹਨਾਂ ਨੇ ਐਕਸਪੀਰੀਅੰਸ ਕੀਤਾ, ਕੀ ਇਹਨਾਂ ਨਾਲ ਸਾਰੀ ਡਿਟੇਲਸ ਉਹ ਤੁਹਾਡੇ ਨਾਲ ਆਪਣੀ ਜ਼ੁਬਾਨੀ ਸ਼ੇਅਰ ਕਰਨਗੇ। ਸੋ ਸਭ ਤੋਂ ਪਹਿਲਾਂ ਮੇਰੇ ਵਾਸਤੇ ਮੇਰੀ ਤਰਫੋਂ ਥੈਂਕ ਯੂ ਵੈਰੀ ਮਚ ਉਪਾਸਨਾ ਜੀ ਆਫਿਸ ਆਉਣ ਵਾਸਤੇ, ਔਰ ਇਹ ਸਾਡੇ ਵਾਸਤੇ ਇੱਕ ਬਹੁਤ ਹੀ ਪਿਆਰਾ ਮਿਠਾਈ ਦਾ ਡੱਬਾ ਲੈ ਕੇ ਆਏ ਨੇ, ਉਹਦੇ ਵਾਸਤੇ ਵੀ ਬਹੁਤ ਵਧੀਆ, ਕਿਉਂਕਿ ਮਿਠਾਈ ਜਦੋਂ ਖਾਸ ਕਰ ਇੰਡੀਆ ਤੋਂ ਆਉਂਦੀ ਹੈ ਨਾ, ਉਹਦਾ ਕੋਈ ਮੁਕਾਬਲਾ ਨਹੀਂ। ਕੈਨੇਡਾ 'ਚ ਵੀ ਬਹੁਤ ਅੱਛੀ ਮਿਲਦੀ ਹੈ, ਲੇਕਿਨ ਇੰਡੀਆ ਦੀ ਮਿਠਾਈ ਦਾ ਟੇਸਟ ਹੀ ਵੱਖਰਾ ਹੈ। ਸੋ ਅੱਜ ਉਹ ਵੀ ਅਸੀਂ ਖਾਧੀ ਹੈ ਇਹਨਾਂ ਕੋਲੋਂ, ਤੇ ਇਹਨਾਂ ਦੇ ਹੱਥ 'ਚ ਇਹਨਾਂ ਦਾ ਵਰਕ ਪਰਮਿਟ ਹੈ। ਇਹ ਆਏ ਨੇ ਜੀ ਹੋਮ ਸਪੋਰਟ ਵਰਕਰ ਦੇ, ਹੋਮ ਸਪੋਰਟ ਵਰਕਰ ਕੇਅਰ ਗਿਵਰ ਪ੍ਰੋਗਰਾਮ ਦੇ ਵਿੱਚ ਇਹਨਾਂ ਦਾ ਅਪਰੂਵ ਹੋਇਆ, ਇੱਥੇ ਕੈਨੇਡਾ ਲੈਂਡ ਕੀਤਾ, ਇੱਥੇ ਆਏ ਨੇ। ਸੋ ਥੈਂਕ ਯੂ ਕਰਨ ਦੇ ਨਾਲ ਸਭ ਤੋਂ ਪਹਿਲਾਂ ਮੈਂ ਉਪਾਸਨਾ ਜੀ ਕੋਲ ਪੁੱਛਾਂਗਾ, ਉਪਾਸਨਾ ਜੀ ਕੈਸਾ ਲੱਗ ਰਿਹਾ? ਬਹੁਤ ਵਧੀਆ ਲੱਗ ਰਿਹਾ, ਇਟਸ ਅ ਡ੍ਰੀਮ ਕਮ ਟਰੂ ਆਈ ਗੈਸ। ਉਮੀਦ ਨਹੀਂ ਸੀ ਸਾਨੂੰ ਕਿ ਸਾਡਾ ਇੰਨੀ ਛੇਤੀ ਹੋ ਜਾਏਗਾ, ਬਟ ਯੂ ਡਿਡ ਅ ਹਾਰਡ ਵਰਕ। ਨਹੀਂ ਨਹੀਂ, ਖਾਲੀ ਮੇਰਾ ਨਹੀਂ ਹੈ, ਮੇਰਾ ਤੁਹਾਡਾ ਵੀ ਬਹੁਤ ਵੱਡਾ ਹਾਰਡ ਵਰਕ ਹੈ, ਔਰ ਖਾਸ ਕਰ ਇਹਨਾਂ ਦੇ ਹਸਬੈਂਡ ਦਾ। ਯੈਸ, ਸੋ ਇਹਨਾਂ ਦੇ ਹਸਬੈਂਡ ਹੀ ਇਜ਼ ਕਾਈਂਡ ਆਫ ਦ ਮਾਸਟਰ ਮਾਈਂਡ, ਔਰ ਇਹਨਾਂ ਦੇ ਸਪਾਂਸਰ। ਯੈਸ, ਰਾਈਟ, ਨਾ ਕੇਵਲ ਇਹਨਾਂ ਦੇ ਹਸਬੈਂਡ। ਸੋ ਇਹ ਕੋਆਰਡੀਨੇਸ਼ਨ ਹੈ, ਇਹ ਮੇਰਾ ਇਕੱਲੇ ਦਾ ਰੋਲ ਨਹੀਂ ਹੈ, ਇਟਸ ਅ ਟੀਮ ਵਰਕ। ਟੀਮ ਵਰਕ, ਯਾ, ਇਟਸ ਅ ਟੀਮ ਵਰਕ, ਇਟ ਇਜ਼ ਅ ਟੀਮ ਵਰਕ। ਇਕੱਲੇ ਦਾ ਮੇਰੇ ਇਕੱਲੇ ਦੇ ਵਾਸਤੇ ਗੱਲ ਨਹੀਂ ਕਿ ਮੈਂ ਇਕੱਲੇ ਸਭ ਕੁਝ ਕਰ ਲਵਾਂ, ਮੈਂ ਤੁਹਾਨੂੰ ਗਾਈਡ ਕਰ ਸਕਣਾ, ਮੈਂ ਤੁਹਾਨੂੰ ਦੱਸ ਸਕਣਾ, ਲੇਕਿਨ ਉਸ ਚੀਜ਼ਾਂ ਨੂੰ ਪੂਰਾ ਕਿਸ ਤਰ੍ਹਾਂ ਕਰਨਾ ਹੈ। ਔਰ ਜਿਹੜੇ ਇਹਨਾਂ ਦੇ ਸਪਾਂਸਰ ਸੀ ਉਹ ਵੀ ਇੱਕਦਮ ਬਹੁਤ ਹੀ ਵਧੀਆ, ਗੁਰਸ਼ਰਨ ਜੀ ਇਹਨਾਂ ਦੇ ਸਪਾਂਸਰ, ਲਾਈਕ ਛੋਟੀ ਛੋਟੀ ਚੀਜ਼ 'ਚ ਉਹਨਾਂ ਨੇ ਕਿਸ ਤਰ੍ਹਾਂ ਅੱਗੇ ਵੱਧ ਕੇ ਸਾਡੀ ਮਦਦ ਕੀਤੀ। ਇੱਕ ਇੱਕ ਛੋਟੀ ਛੋਟੀ ਡੀਲ, ਇੱਕ ਇੱਕ ਛੋਟੇ ਛੋਟੇ ਲੈਟਰ, ਛੋਟੀ ਛੋਟੀ ਇਨਫੋਰਮੇਸ਼ਨ ਕਿੰਨੀ ਕੁ ਇੰਪੋਰਟੈਂਟ ਹੁੰਦੀ ਹੈ, ਤੁਸੀਂ ਖੁਦ ਦੇਖਿਆ। ਯੈਸ, ਤੇ ਇਹ ਤੁਹਾਡਾ ਤੇ ਹਾਰਡ ਵਰਕ ਹੈ ਹੀ ਹੈ, ਆਈਲਸ ਵਾਸਤੇ, ਵੈਸ ਕਰਵਾਉਣ ਵਾਸਤੇ, ਰਾਈਟ, ਪੂਰੇ ਜੋਬ ਦੇ ਮੇਜਰ ਰੋਲ ਉਹਨਾਂ ਦਾ ਹੀ ਹੈ। ਬਿਲਕੁਲ, ਇਹਨਾਂ ਦੇ ਹਸਬੰਡ ਦਾ ਬਹੁਤ ਵੱਡਾ ਰੋਲ ਹੈ, ਇਹਨਾਂ ਦੇ ਹਸਬੰਡ ਜੋ ਬੈਕਗ੍ਰਾਉਂਡ 'ਚ ਜ਼ਰੂਰ ਹੈਗੇ ਨੇ, ਲੇਕਿਨ ਬਹੁਤ ਉਹਨਾਂ ਦਾ ਵੱਡਾ ਰੋਲ ਹੈ, ਕਿਉਂਕਿ ਉਹਨਾਂ ਨੇ ਬਹੁਤ ਸਾਰਾ ਡਾਕੂਮੈਂਟੇਸ਼ਨ ਦਾ ਕੰਮ, ਬਹੁਤ ਸਾਰੀ ਨਾਲ ਚੀਜ਼ਾਂ ਅਸਿਸਟ ਕਰਨ ਵਾਸਤੇ। ਸੋ ਹਸਬੈਂਡ ਇਹਨਾਂ ਦੇ ਆਏ ਨੇ, ਉਹ ਹੈਗੇ ਨੇ ਓਪਨ ਵਰਕ ਪਰਮਿਟ, ਇਹ ਆਏ ਨੇ, ਇਹ ਹੈਗੇ ਨੇ OROWP ਤੇ, ਆਕੂਪੇਸ਼ਨ ਰਿਸਟ੍ਰਿਕਟਿਡ ਓਪਨ ਵਰਕ ਪਰਮਿਟ। ਸੋ ਇਹ ਕੱਲ ਲੈਂਡ ਕੀਤੇ ਨੇ ਤੇ ਹੁਣ ਇਹਨਾਂ ਦਾ ਵਰਕ ਪਰਮਿਟ ਸ਼ੁਰੂ ਹੋ ਚੁੱਕਾ ਹੈ, ਇਹ ਵਰਕ ਪਰਮਿਟ ਇਹਨਾਂ ਦੇ ਹੱਥ 'ਚ ਹੈ, ਮੈਂ ਅਗਰ ਕੋ ਪਾਸਾਂ ਵੀ ਤੁਹਾਨੂੰ ਦਿਖਾ ਸਕਾਂ। ਹੇਅਰ ਇਟ ਇਜ਼। ਸੋ ਹੁਣ ਤੋਂ ਇਹਨਾਂ ਦਾ ਟਾਈਮ ਸ਼ੁਰੂ ਹੁੰਦਾ ਹੈ, ਇੱਕ ਸਾਲ ਬਾਅਦ ਤੁਸੀਂ PR ਹੋ ਜਾਣਾ ਹੈ। ਹਾਂਜੀ, ਐਂਡ many congratulations, thank you so much. ਸੋ ਓਵਰਆਲ ਸ਼ੁਰੂ ਤੋਂ ਪ੍ਰੋਸੈਸ ਕਿਹਦਾ ਲੱਗਿਆ, ਦਾ ਫਰਸਟ ਡੇ ਜਦੋਂ ਤੁਸੀਂ ਸਾਨੂੰ ਪਹਿਲੀ ਵਾਰ ਮਿਲੇ ਸੀ? ਮੇਰੀ ਤੁਹਾਡੀ ਮੁਲਾਕਾਤ ਸਭ ਤੋਂ ਪਹਿਲਾਂ ਜ਼ੂਮ ਤੇ ਹੋਈ ਸੀ। ਯੈਸ, ਇਟ ਵਾਸ ਔਨ ਜ਼ੂਮ ਕਾਲ, ਸਮੂਥ ਹੈ ਕਾਫੀ, ਮਤਲਬ ਇਟਸ ਅ ਪੇਪਰ ਵਰਕ ਮੇਨਲੀ, ਯੂ ਹੈਵ ਟੂ ਬੀ ਔਨ ਯੋਰ ਪੇਪਰ, ਯਾ ਪੇਪਰ ਤੇ, ਇਟਸ ਇਟ ਸ਼ੁੱਡ ਬੀ ਔਲ ਲੀਗਲ, ਯੂ ਕਾਂਟ ਕਮ ਵਿਦਆਊਟ ਐਨੀ ਵਿਚ ਇਜ਼ ਨਾਟ, ਮਤਲਬ ਤੁਹਾਡੇ ਕੋਲ ਪੇਪਰ ਹੋਣੇ ਚਾਹੀਦੇ ਆ ਸਾਰੇ ਦੇ ਸਾਰੇ, ਤੁਸੀਂ ਮਿਸਟੇਕ ਨਹੀਂ ਕਰ ਸਕਦੇ ਬਿਲਕੁਲ ਵੀ, ਐਗਜ਼ੈਕਟਲੀ, देयर इज नो चांस। ਸੋ ਦੈਟਸ ਇਟ।
आई थिंक इट्स ऑल स्मूथ मैं एक चीज यू हैव टू बी पेशेंस बिल्कुल या दैट्स ट्रू एक एक चीज थी कि इना दा आफ्टर मैरिज इना दा नाम थोड़ा जा चेंज हुआ सी एक एक एग्जांपल राइट सो वो मैरिज दा नेम चेंज द डॉक्यूमेंटेशन कितनी लंबी हो सकती है छोटी-छोटी डॉक्यूमेंटेशन इट्स अ प्रोसेस इट्स गवर्नमेंट जेडी ये पेपर वर्क ते बहुत स्ट्रांगली डिपेंडेंट है जिन्ना अच्छा पेपर वर्क तुसी देंदे हो देखो मैं नहीं गया वीजा ऑफिसर को तुसी नहीं गए नाइन थोड़े जेडे स्पोंसर ने हो गए जी साडे पेपर गए कागज जाने बिल्कुल पेपर वर्क इज मोस्ट इंपोर्टेंट एंड लकीली साडे को दो बहुत अच्छे जेडे प्लेयर्स सी थोड़ी टीम दे विच थोड़े को दो बहुत अच्छे प्लेयर्स सी एक थोड़े हस्बैंड यस हु इज गुड ही इज चैंपियन इन डूइंग ऑल दिस पेपर वर्क एक थोड़े स्पोंसर यस ये दोनों जड़े सी बहुत अच्छे सी पेपर वर्क दे विच इस करके थोड़ा प्रोसेस देखो साडी एफर्ट साडी मेहनत अपनी जगह सी जरूर पूरी मेहनत हर केस ते करनी है लेकिन सानू भी अगो सपोर्ट चाहिए यस ऑब्वियसली असि दस्ते इट्स ऑलवेज टू हैंडल बिल्कुल ਸਾਨੂੰ ਵੀ ਅੱਗੋਂ ਹੈਲਪ ਚਾਹੀਦੀ ਹੈ ਕਿ ਹਾਂਜੀ ਤੁਸੀਂ ਇਹ ਚੀਜ਼ਾਂ ਅਸੀਂ ਕੀਤੀਆਂ ਨੇ ਰਾਈਟ ਸਾਡੇ ਕੋਲ ਹੁਣ ਮੇਰੇ ਆਫਿਸ ਦੇ ਵਿੱਚ ਟੀਮ ਹੈ ਜੋ ਕਰ ਰਹੇ ਨੇ ਉਹ ਪੇਪਰ ਵਰਕ ਤੁਹਾਡੇ ਵਾਸਤੇ ਸਾਰੀ ਫਾਈਲਿੰਗ ਕਰ ਰਹੇ ਨੇ ਤੁਹਾਨੂੰ ਇੱਕ ਇੱਕ ਸਟੈਪ ਤੇ ਗਾਈਡ ਕਰਨਗੇ ਜੀ ਹਾਂਜੀ ਇਹ ਈਮੇਲ ਆਈ ਹੈ ਚਾਹੇ ਮੈਸੇਜ ਹੈ ਤੁਹਾਡਾ ਰਿਸਪੋਂਡ ਕਰਨਗੇ ਤੁਹਾਨੂੰ ਦੱਸਣਗੇ ਇੱਥੇ ਇਹ ਕਰਨਾ ਹੈ ਇੱਥੇ ਮੈਨੂੰ ਹਜੇ ਵੀ ਯਾਦ ਹੈ ਜਦੋਂ ਸਭ ਕੁਛ ਅਪਰੂਵ ਹੋ ਗਿਆ ਇਹਨਾਂ ਦਾ ਪਾਸਪੋਰਟ ਤੇ ਵੀਜ਼ਾ ਲੱਗ ਗਿਆ ਰਾਈਟ ਉਸ ਤੋਂ ਬਾਅਦ ਵੀ ਅਸੀਂ ਇਹਨਾਂ ਦੀ ਉੱਥੇ ਦਾ ਗਾਈਡੈਂਸ ਕਰਦੇ ਰਹੇ ਕਿ ਨਹੀਂ ਹੁਣ ਤੁਸੀਂ ਕਿਹੜੀ ਏਅਰਲਾਈਨਸ ਫੜ ਕੇ ਆਉਣਾ ਹੈ ਕੱਲ ਆਉਣਾ ਹੈ ਨਾਲ ਕੀ ਲਿਆਉਣਾ ਹੈ ਤਿਆਰੀ ਕੀ ਕਰਨੀ ਹੈ ਏਅਰਪੋਰਟ ਤੇ ਕੀ ਬੋਲਣਾ ਹੈ ਯੈਸ ਉਹ ਛੋਟੀਆਂ ਛੋਟੀਆਂ ਚੀਜ਼ਾਂ ਬਹੁਤ ਮੈਟਰ ਕਰਦੀਆਂ ਕਿਉਂਕਿ ਇਹ ਤੁਸੀਂ ਵਿਜ਼ਿਟਰ ਨਹੀਂ ਆ ਰਹੇ ਰਾਈਟ ਇਹ ਤੁਸੀਂ ਪੀਆਰ ਤੇ ਆ ਰਹੇ ਹੋ ਤੇ ਬਹੁਤ ਸਾਰੀਆਂ ਇਨਫੋਰਮੇਸ਼ਨ ਬਹੁਤ ਕਿਉਂਕਿ ਜਦੋਂ ਤੁਸੀਂ ਏਅਰਪੋਰਟ ਤੇ ਵੀ ਉਤਰੋਗੇ ਇਹ ਉਹ ਨਾਰਮਲ ਏਅਰਪੋਰਟ ਤੁਸੀਂ ਆਪਣਾ ਏਅਰਪੋਰਟ ਦਾ ਐਕਸਪੀਰੀਅੰਸ ਥੋੜਾ ਜਿਹਾ ਖੁਦ ਸ਼ੇਅਰ ਕਰੋ ਏਅਰਪੋਰਟ ਦਾ ਐਕਸਪੀਰੀਅੰਸ ਫॉर ਮੀ ਇਜ਼ ਲਿਟਲ ਸਕੇਰੀ because oh there is a immigration to the dono multiple yeah it takes time it takes hardly 1.5 hours for me to stand there and they ask me several questions which I know that it's fine because my papers are good enough to answer them so it take time you have to be confident that everything is ਇਹਦੇ ਚ ਉਹਨਾਂ ਨੇ ਕੋਈ ਸਟੈਂਪ ਨਹੀਂ ਲਾ ਕੇ ਦੇਣੀ ਤੁਹਾਨੂੰ ਰਾਈਟ ਇਹਦੇ ਚ ਬੇਸਿਕਲੀ ਇਹ ਹੈ ਕਿ ਤੁਹਾਨੂੰ ਇਹ ਪ੍ਰਿੰਟ ਕਰਕੇ ਦੇਣਾ ਹੈ ਤੁਹਾਨੂੰ ਦਿਸ ਇਜ਼ ਦ ਕੀ ਡਾਕੂਮੈਂਟ ਇਟਸ ਵਰਕ ਪਰਮਿਟ ਇਜ਼ ਦ ਕੀ ਡਾਕੂਮੈਂਟ ਜਿਹੜਾ ਤੁਹਾਨੂੰ ਮਿਲਣਾ ਹੈ ਤੇ ਇਹਦੇ ਵਿੱਚ ਟਾਈਮ ਲੱਗਦਾ ਰਾਈਟ ਸੋ ਦੇ ਆਸਕ ਯੂ ਮਲਟੀਪਲ ਕੁਐਸਚਨਸ ਕਿ ਹਾਂਜੀ ਤੁਸੀਂ ਕਿੱਥੇ ਆਏ ਹੋ ਕਿਹਦੇ ਕੋਲ ਆਏ ਹੋ ਕੀ ਕੰਮ ਕਰਨਾ ਹੈ ਰਾਈਟ ਤੁਸੀਂ ਨਾਲ ਕੀ ਲੈ ਕੇ ਆਏ ਹੋ ਤੁਸੀਂ ਕਿਹਦੇ ਕੋਲ ਜਾਣਾ ਹੈ ਉਹਦਾ ਦਾ ਹੋਮ ਐਡਰੈਸ ਸਭ ਕੁਝ ਪੁੱਛਣਗੇ ਸੋ ਬਾਕੀ ਸਾਰੀ ਟੀਮ ਵੱਲੋਂ ਤੁਹਾਨੂੰ ਕਿਹਦਾ ਲੱਗਿਆ ਟੀਮ ਨੇ ਤੁਹਾਨੂੰ ਕਿਤੇ ਕਿਤੇ ਸਪੋਰਟ ਕੀਤਾ ਐਵਰੀ ਟਾਈਮ ਈਚ ਐਂਡ ਐਵਰੀ ਟਾਈਮ ਐਵਰੀ ਡੇ ਐਨੀ ਟਾਈਮ ਨਹੀਂ ਕੋਈ ਵਾਰੀ ਫੋਨ ਈਮੇਲ ਐਵਰੀਵੇਅਰ ਯੂ ਆਰ ਵੈਰੀ ਹੈਲਪਫੁਲ ਨਹੀਂ ਮੈਂ ਹਮੇਸ਼ਾ ਇਹ ਗੱਲ ਕਹਿੰਦਾ ਕਿ ਬਈ ਜਿਹੜਾ ਬੰਦਾ ਉੱਥੇ ਬੈਠਾ ਨਾ ਉਹਨੂੰ ਲੱਗਦਾ ਹੈ ਕਿ ਬਈ ਯੂ نو ਵਾਟ ਆਈ ਕਮ ਹੇਅਰ ਸੂਨ ਰਾਈਟ ਜਲਦੀ ਤੋਂ ਜਲਦੀ ਮੈਂ ਜਲਦੀ ਤੋਂ ਜਲਦੀ ਆ ਜਾ ਜਲਦੀ ਆਵਾਂ ਲੇਕਿਨ process ਹੁੰਦਾ ਹੈ ਹਰ process it will take time yes it chahiye medical aaya medical to baad ye thoda si medical bhejya phir kai vari query aa gayi koi query aayi unhon ne jawab ditta asi query da jawab ditta passport request aayi har cheez apne aap ch ik chota chota karde hai ek process bilkul to tuhanu patience rakhna chahida hai ki tusi sukhmani ji de kol aa rahe ho te everything is go will go well
He will never disappoint you. Thank you very much. I really appreciate. Yeah. बस हुन थोड़ी आज तो जर्नी जड़ी है शुरू है. बिल्कुल सर. So Canada journey शुरू है. You already paid the PRP. Yeah. वो तुसी pay कर चुके हो. ਤੁਸੀਂ ਹੁਣ ਇੱਥੇ ਜਿਹੜੇ 12 ਮਹੀਨੇ ਕੰਮ ਕਰਨਾ ਹੈ ਔਰ ਇਹ ਹੁਣ ਰੂਲ ਵੀ ਬਦਲ ਗਿਆ ਹੈ ਆਈ ਥਿੰਕ ਯੂ ਨੋ ਇਟ ਆਲਰੇਡੀ ਮੈਂ ਤੁਹਾਨੂੰ ਸ਼ੇਅਰ ਕੀਤਾ ਸੀ ਕਿ ਹੁਣ ਨਵਾਂ ਜਿਹੜਾ ਪ੍ਰੋਗਰਾਮ ਆਏਗਾ ਉਹਦੇ ਵਿੱਚ ਲੈਂਡਡ ਪੀਆਰ ਹੋਵੋਗੇ ਬਟ ਤੁਸੀਂ ਜਿਹੜੇ ਪਿਛਲੇ ਲੋਟ ਵਿੱਚ ਉਹ ਤੁਹਾਡੇ ਵਾਸਤੇ ਇਹੀ ਹੋਈ ਹੈ ਕਿ ਤੁਸੀਂ ਅਜੇ 1 ਸਾਲ ਕੰਮ ਕਰੋਗੇ ਪੀਆਰ ਦੀ ਫੀਸ ਤੁਸੀਂ ਪੇ ਕੀਤੀ ਹੋਈ ਹੈ ਆਲ ਯੂ ਨੀਡ ਟੂ ਡੂ ਇਜ਼ ਕਲੈਕਟ 1 ਇਅਰ ਆਫ ਐਕਸਪੀਰੀਅੰਸ ਯੈਸ ਐਂਡ ਯੂ ਵਾਂਸ ਯੂ ਹੈਵ ਦੈਟ 1 ਇਅਰ ਆਫ ਐਕਸਪੀਰੀਅੰਸ ਤੁਹਾਡਾ ਪੀਆਰ ਉਸ ਤੋਂ ਬਾਅਦ ਡਨ ਹੋ ਜਾਏਗਾ ਡਨ ਸਰ ਤੋ ਇੱਕ ਨਵੀਂ ਜ਼ਿੰਦਗੀ ਇੱਕ ਨਵੀਂ ਕੰਟਰੀ ਮੁਬਾਰਕ ਬਹੁਤ ਬਹੁਤ ਥੈਂਕ ਯੂ ਸੋ ਮਚ ਆਲ ਦਾ ਵੈਰੀ ਬੈਸਟ ਕਿ ਤੁਸੀਂ ਬਹੁਤ ਅੱਛੇ ਤਰੀਕੇ ਨਾਲ ਇੱਥੇ ਰਹਿ ਸਕੋ ਸਭ ਤੋਂ ਇੰਪੋਰਟੈਂਟ ਹੈ ਲੀਗਲ ਤਰੀਕੇ ਨਾਲ ਯੈਸ ਰਾਈਟ ਦੈਟਸ ਸੋ ਮਚ ਮੈਂ ਹਮੇਸ਼ਾ ਇੱਕ ਚੀਜ਼ ਕਹਿਣਾ ਵਾਂ ਤੁਸੀਂ ਜਦੋਂ ਵੀ ਕੈਨੇਡਾ ਆਓ ਪਲੀਜ਼ ਕੋਸ਼ਿਸ਼ ਕਰੋ ਇਲੀਗਲ ਰਸਤੇ ਨਾ ਅਪਣਾਓ ਬਹੁਤ ਸਾਰੇ ਲੀਗਲ ਵੇਜ਼ ਅਵੇਲੇਬਲ ਨੇ ਬਹੁਤ ਸਾਰੇ ਤਰੀਕੇ ਨੇ ਫॉर दैट ਯੂ ਹੈਵ ਟੂ ਕੰਟੈਕਟ ਹਿਮ ਯਾ ਮੈਨੂੰ ਯਾ ਕਿਸੇ ਨੂੰ ਵੀ ਲੇਕਿਨ ਤੁਸੀਂ ਠੀਕ ਰਸਤਾ ਪਕੜੋ ਪਲੀਜ਼ ਗਲਤ ਰਸਤੇ ਨਾ ਪਕੜ ਕੇ ਆਓ ਕਿਉਂਕਿ ਜਦੋਂ ਤੁਸੀਂ ਗਲਤ ਰਸਤੇ ਲੈ ਕੇ ਆਉਂਦੇ ਹੋ ਨਾ ਉਹਦੀ ਕੀਮਤ ਕਈ ਵਾਰੀ ਬਹੁਤ ਜ਼ਿਆਦਾ ਵੱਡੀ ਹੁੰਦੀ ਹੈ ਅੱਜ ਇਹਨਾਂ ਕੋਲ ਪੇਪਰ ਵਰਕ ਹੈ ਅੱਜ ਇਹਨਾਂ ਕੋਲ ਡਾਕੂਮੈਂਟੇਸ਼ਨ ਹੈ ਉਹਨਾਂ ਦੇ ਚਿਹਰੇ ਤੇ ਵੀ ਉਹੀ ਉਹ ਸਮਾਈਲ ਹੋਈ ਸਮਾਈਲ ਹੈ ਪਤਾ ਹੈ ਕਿ ਹਾਂਜੀ ਮੈਨੂੰ ਕੰਫੀਡੈਂਸ ਹੈ ਕਿ ਮੈਂ ਠੀਕ ਹਾਂ ਜੀ ਮੈਨੂੰ ਮੈਨੂੰ ਸਾਰਾ ਕੁਝ ਮਿਲੇਗਾ ਮੈਨੂੰ ਸਿਨ ਨੰਬਰ ਮਿਲੇਗਾ ਮੈਨੂੰ ਪ੍ਰੋਪਰ ਮੈਨੂੰ ਹੈਲਥ ਕਾਰਡ ਮਿਲੇਗਾ ਮੈਨੂੰ ਪ੍ਰੋਪਰ ਮੈਂ ਡਰਾਈਵਿੰਗ ਲਾਇਸੈਂਸ ਲੈ ਸਕਣਾ ਮੈਂ ਕਾਰ ਬਾਏ ਕਰ ਸਕਣਾ ਮੇਰੀ ਇੱਕ ਪ੍ਰੋਪਰ ਜ਼ਿੰਦਗੀ ਚੱਲੇਗੀ ਮੈਨੂੰ ਕਿਸੇ ਤੋਂ ਡਰ ਕੇ ਚੁੱਪ ਚੁਪਾ ਕੇ ਉਹ ਕਰਨ ਦੀ ਲੋੜ ਕੁਝ ਨਹੀਂ ਕਰਨਾ ਪਿਆ ਪੇਰੈਂਟਸ ਨੂੰ ਕਿਹਾ ਲੱਗਿਆ ਪਿੱਛੇ ਦੇ ਵਰ ਹੈਪੀ ਦੇ ਵਰ ਇਮੋਸ਼ਨਲ ਆਲਸੋ ਬਿਕੋਜ਼ ਇਟਸ देयर ਡ੍ਰੀਮ ਟੂ ਸੈਂਡ ਅਸ ਹੇਅਰ ਸੋ ਵੀ ਆਰ ਵੈਰੀ ਹੈਪੀ ਦੈਟ ਵੀ ਫੁਲਫਿਲ देयर ਡ੍ਰੀਮ ਬਟ ਇਨ ਲਾਸ ਨੂੰ ਕਿਹਾ ਲੱਗਿਆ they also very happy everyone is happy nahi thoda jana hunda hai right thoda jana hunda hai but cheez hundi hai ki bacche bacche nu dur dur bhej ke ek thoda jana hunda but yeah they know that we will do nahi lekin thode kol ajj di date ch na sare sadhan ne right so thode kol you have phones you have whatsapp calling right you have video calling yeah tusi roz gal kar sakde ho aidan lagda hi nahi hai ki tusi ohna to dur ho actually you know what tusi pakke hovoge ਤੁਸੀਂ ਪੀਆਰ ਕਾਰਡ ਹੋਵੋਗੇ ਕਾਰਡ ਤੁਸੀਂ ਆਪਣੇ ਦੇ ਵੀ ਲੋਟ ਸੈਟੀਸਫਾਈਡ ਆ ਉਹਨਾਂ ਨੂੰ ਸਪਾਂਸਰ ਕਰ ਸਕੋਗੇ ਯੈਸ ਨਾ ਕੇਵਲ ਖੁਦ ਬਟ ਫਿਊਚਰ ਉਹਨਾਂ ਨੂੰ ਵੀ ਲਿਆ ਸਕਦੇ ਹੋ ਤੁਸੀਂ ਇੱਕ ਬੰਦਾ ਕਰਦਾ ਪੱਕਾ ਹੁੰਦਾ ਨਾ ਹਾਂਜੀ ਦੂਜਿਆਂ ਨੂੰ ਵੀ ਹੌਸਲਾ ਪਿੱਛੇ ਹੁੰਦਾ ਉਹਨੂੰ ਵੀ ਲੱਗਦਾ ਹੈ ਕਿ ਨਹੀਂ ਯਾਰ ਇਹ ਹੋ ਗਿਆ ਪੱਕਾ ਇਹ ਆਇਆ ਮਾਪਿਆਂ ਨੂੰ ਵੀ ਇਸ ਗੱਲ ਦੀ ਇੱਕ ਖੁਸ਼ੀ ਇੱਕ ਚਾਹ ਹੁੰਦਾ ਮੈਨੂੰ ਅੱਜ ਵੀ ਯਾਦ ਹੈ ਕਿ ਜਦੋਂ ਮੈਂ ਇੰਨੇ ਸਾਲ ਪਹਿਲਾਂ ਆਇਆ ਸੀ ਨਾ ਮਾਈ ਮਦਰ ਵਾਸ ਲਾਈਕ ਯੂ ਨੋ ਸ਼ੀ ਕਾਈਂਡ ਆਫ ਕਿ ਮੈਂ ਨਾ ਭੇਜਾਂ ਇਹਨੂੰ ਤੂੰ ਰਹਿਣ ਦੇ ਲੇਕਿਨ ਮੇਰੇ ਫਾਦਰ ਨੇ ਕਿਹਾ ਨਹੀਂ ਨਹੀਂ ਤੂੰ ਹੌਸਲਾ ਰੱਖ ਤੇ ਇਹ ਜਾਏਗਾ ਤਾਂ ਹੀ ਸਾਡਾ ਸਭ ਸਾਡੇ ਵਾਸਤੇ ਵੀ ਤੇ ਉਹਦੇ ਡ੍ਰੀਮਸ ਨੇ ਰਾਹ ਖੁੱਲਣਗੇ ਤੇ ਰਾਹ ਖੁੱਲਦੇ ਨੇ ਤੁਹਾਡੇ ਵਾਸਤੇ ਵੀ ਤੁਹਾਡੇ ਬਾਕੀ ਪਰਿਵਾਰ ਤੁਹਾਡੇ ਭੈਣ ਭਰਾਵਾਂ ਵਾਸਤੇ ਨਾਟ ਓਨਲੀ ਫॉर ਯੋਰ ਪੇਰੈਂਟਸ ਔਰ ਯੋਰ ਇਨ-ਲਾਸ ਤੁਹਾਡੇ ਬਾਕੀ ਜਿਹੜੇ ਭੈਣ ਭਰਾ ਨੇ ਔਰ ਉਹਦੇ ਪੁਆਇੰਟਸ ਹੁੰਦੇ ਨੇ ਸਭ ਤੋਂ ਇੰਪੋਰਟੈਂਟ ਗੱਲ ਹੈ ਕਿ ਤੁਸੀਂ ਆਪਣੇ ਬ੍ਰਦਰ ਨੂੰ ਸਪਾਂਸਰ ਕਰਨਾ ਹਾਂਜੀ ਹਾਂਜੀ 15 ਪੁਆਇੰਟਸ ਹੋ ਗਏ ਓਕੇ ਸੋ ਇਹ ਛੋਟੀਆਂ ਛੋਟੀਆਂ ਚੀਜ਼ਾਂ ਨੇ ਉਹਨਾਂ ਨੂੰ ਪਤਾ ਹੈ ਇਮੀਗ੍ਰੇਸ਼ਨ ਵਾਲੇ ਵੀ ਇਸ ਚੀਜ਼ ਨੂੰ ਬਹੁਤ ਫੇਵਰ ਕਰਦੇ ਨੇ ਜੀ ਉਹ ਕਹਿੰਦੇ ਨੇ ਅੱਛਾ ਥੋੜਾ ਬ੍ਰਦਰ ਸਿਸਟਰ ਇੱਥੇ ਹੈਗਾ ਗੁੱਡ ਦੈਟ ਮੀਨਸ ਹੀ ਕੈਨ ਸਪੋਰਟ ਯੂ ਯਾ ਉਹਦੇ ਵਾਸਤੇ 15 ਪੁਆਇੰਟਸ 15 ਪੁਆਇੰਟਸ ਓਕੇ ਸੋ ਤੁਸੀਂ ਇਕੱਲੇ ਤੁਹਾਡੇ ਵਾਸਤੇ ਨਹੀਂ ਤੁਹਾਡੇ ਪਿੱਛੇ ਜਿਹੜੇ ਬੈਕ ਹੋਮ ਫੈਮਿਲੀ ਮੈਂਬਰਸ ਨੇ ਉਹਨਾਂ ਵਾਸਤੇ ਵੀ ਅਗਰ ਤੁਸੀਂ ਇਸ ਕਾਈਂਡ ਆਫ ਤੁਹਾਡੇ ਵਾਸਤੇ ਵੀ ਕਿਸੇ ਨੇ ਸਪਾਂਸਰਸ਼ਿਪ ਕੀਤੀ ਸੀ ਜੀ ਕਿ ਉਹ ਫੇਵਰ ਤੁਸੀਂ ਕਿਸੇ ਹੋਰ ਨੂੰ ਅੱਗੇ ਰਿਟਰਨ ਕਰ ਸਕਦੇ ਯੈਸ ਸੋ ਦੈਟ ਗੁੱਡ ਥਿੰਗ you can pass it on yes right so thank you very much for valuable time
ਯੂਅਰ ਵੈਲਕਮ, ਇਟਸ ਪਲੇਜ਼ਰ ਟੂ ਮੀਟਿੰਗ ਯੂ। ਸੇਮ ਹੇਅਰ, ਸੇਮ ਹੇਅਰ। ਅਸੀਂ ਤੁਹਾਡੇ ਨਾਲ ਜਿੰਨੀ ਵੀ ਗੱਲ ਕੀਤੀ ਫੋਨ ਤੇ, ਜ਼ੂਮ ਤੇ ਕੀਤੀ, ਬਟ ਇਨ ਪਰਸਨ ਤੁਹਾਨੂੰ ਪਹਿਲੀ ਵਾਰੀ ਮਿਲਿਆ। ਸੋ ਨਾਈਸ ਮੀਟਿੰਗ ਯੂ ਐਂਡ ਥੈਂਕ ਯੂ ਫਰਮ ਮਾਈ ਵਿਊਅਰਸ ਸਾਈਡ। ਥੈਂਕ ਯੂ, ਥੈਂਕ ਯੂ ਸੋ ਮਚ।